ਵੈਸੇ ਹੋਣਾ ਚਾਹੀਦਾ, ਉਹਨਾਂ ਨੇ ਇਸ ਚੀਜ਼ ਦਾ ਸਿਸਟਮ ਨਹੀਂ ਰੱਖਿਆ ਕਿ ਜਿਹੜੇ ਬਰਾਵੀ ਸਟੂਡੈਂਟ ਨੇ ਉਹਨਾਂ ਨੂੰ ਕੁਝ ਇਨਾਮ ਹੀ ਹੋਵੇ ਕਿ ਜੀ ਇਹਨਾਂ ਨੇ ਬਿਲਕੁਲ ਕੋਈ ਗਲਤੀ ਨਹੀਂ ਕੀਤੀ, ਇਹਨਾਂ ਦੀ ਇੱਕ ਗਲਤੀ ਆਈ ਹੈ, ਇਹਨਾਂ ਨੂੰ ਪਹਿਲਾ ਇਨਾਮ ਦੂਜਾ ਇਨਾਮ, ਲੇਕਿਨ ਉਹ ਨਹੀਂ ਕਰ। ਹਾਂਜੀ ਹਾਂਜੀ, ਕੋਈ ਗੱਲ ਨਹੀਂ, ਬੜੀ ਖੁਸ਼ੀ ਹੋਈ ਹੈ। ਤੁਸੀਂ ਕੀ ਚਲੋ ਇਹ ਬਹੁਤ ਹੈ ਜੀ, ਪਾਸ ਹੋ ਗਏ ਜੀ। ਲੇਡੀਜ਼, ਤੁਹਾਨੂੰ ਸੁਣ ਕੇ ਤੇ ਬੜਾ ਹੌਸਲਾ ਅਫਜ਼ਾਈ ਹੋ ਰਹੀ ਹੋਣੀ ਹੈ, ਫੇਸਬੁੱਕ ਤੇ ਵੀ ਕੁਝ ਸਾਹਿਬ ਸੁਣਦੇ ਨੇ ਪੇ, ਤੇ ਲੇਡੀਜ਼ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਲੇਡੀਜ਼ ਵੱਧ ਥੋੜਾ ਵਾਕਈ ਮੁਸ਼ਕਲ ਲੱਗਦਾ ਹੈ ਇਹਨਾਂ ਨੂੰ। ਇਹ ਹੈ ਸਰ ਜੀ, ਕੋਈ ਔਖਾ ਨਹੀਂ ਹੈਗਾ ਜੇ ਲੇਡੀਜ਼ ਹੈ ਜੈਂਟਸ ਹੈ ਜੀ, ਬਸ ਇੱਕ ਹੈ ਥੋੜਾ ਰੁਟੀਨ ਬਣਾਉਣੀ ਪੈਂਦੀ ਹੈ ਪੜ੍ਹਨ ਦੇ ਵਾਸਤੇ। ਮੇਰਾ ਵੀ ਛੋਟਾ ਬੇਬੀ ਹੈ ਜੀ, ਮੈਂ ਉਹਨੂੰ ਵੀ ਸੰਭਾਲਣਾ ਹੁੰਦਾ ਸੀਗਾ ਜੀ, ਘਰ ਤੇ ਆਪਣਾ ਕੰਮ ਵੀ ਕਰਨਾ ਹੁੰਦਾ ਸੀ ਨਾਲ ਦੀ ਨਾਲ ਪ੍ਰੋਪਰ ਸਾਰਾ, ਤੇ ਫਿਰ ਪੜ੍ਹਨਾ ਵੀ ਹੁੰਦਾ ਸੀਗਾ। ਬਸ ਇਹ ਆ ਥੋੜੀ ਜਿਹੀ ਆਪਣੀ ਨੀਂਦ ਘੱਟ ਕਰਨੀ ਪੈਂਦੀ ਹੈ ਜੀ, ਹੋਰ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਹਟਣਾ ਪੈਂਦਾ ਤੇ ਸਾਰਾ ਹੋ ਜਾਂਦਾ ਜੀ, ਬਹੁਤ ਵਧੀਆ ਹੈ। ਅੱਛਾ ਜੀ, ਗੁੱਡ ਗੁੱਡ। ਤੇ ਪੜ੍ਹਾਈ ਤੋਂ ਬਾਅਦ ਹੁਣ ਤੁਸੀਂ ਬਿਲਕੁਲ ਕੱਟ ਆਫ ਹੋ ਜਾਓਗੇ ਪਤਨ ਤੇ, ਤੂੰ ਮਿਸ ਤੇ ਨਹੀਂ ਕਰੋਗੇ ਇਸ ਪੜ੍ਹਾਈ ਨੂੰ? ਨਹੀਂ ਜੀ, ਨਹੀਂ ਬਿਲਕੁਲ ਵੀ ਨਹੀਂ। ਅੱਛਾ, ਗੁੱਡ ਗੁੱਡ ਗੁੱਡ। ਵੈਸੇ ਤੁਹਾਨੂੰ ਇਹਦੇ ਨਾਲ ਲੈਂਗੁਏਜ ਦਾ ਵੀ ਬਹੁਤ ਫਰਕ ਪਿਆ ਜੀ ਮੈਨੂੰ, ਜਿੱਦਾਂ ਹੁਣ 2 ਸਾਲ ਹੋਏ ਆ ਜੀ ਹਜੇ ਇਟਲੀ ਆਏ ਹੋਏ, ਬਹੁਤ ਫਰਕ ਪਿਆ ਜੀ ਲੈਂਗੁਏਜ ਦਾ ਵੀ ਮੈਨੂੰ, ਕਿਹੜੇ ਨਾ ਆਉਂਦੀ ਸੀਗੀ ਲੈਂਗੁਏਜ ਦੀ ਜਿੱਦਾਂ ਹੈਗਾ ਸੀਗਾ ਜੀ ਥੋੜਾ ਬਹੁਤਾ, ਹੁਣ ਇਹਦੇ ਨਾਲ ਬਹੁਤ ਫਰਕ ਪੈ ਗਿਆ ਪਤਨ ਤੇ ਨਾਲ ਵੀ।